ਛਾਂ ਵਿਦੇਸ਼ਾਂ ਦੇ ਵਿੱਚ ਬਸ ਦਿਓ। ਇੱਕ ਪਰਨ ਕਰੀਏ, ਇੱਕ ਨਿਸ਼ਚਾ ਕਰੀਏ, ਇੱਕ ਸਹੁੰ ਖਾਈਏ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਦੁਨੀਆ ਦੇ ਵਿੱਚ ਸਿਖਰਾਂ 'ਤੇ ਪਹੁੰਚਾਉਣ ਦੇ ਲਈ ਆਪਾਂ ਜੀ ਜਾਨ ਲਾ ਦਿਆਂਗੇ। ਕਿਉਂਕਿ ਜਵਾਨ ਹੈ ਤਾਂ ਪਹਿਚਾਣ ਹੈ, ਜੇ ਜਵਾਨ ਮਰ ਗਈ ਤਾਂ ਸਾਡੀ ਪਹਿਚਾਣ ਨੇ ਮਰ ਜਾਣਾ। ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਮੈਂ ਮੇਰੇ ਪੰਜਾਬੀ ਭਰਾਵਾਂ ਨੂੰ ਕਹਿਣਾ ਚਾਹੁੰਦਾ, ਮੇਰੀਆਂ ਭੈਣਾਂ ਨੂੰ ਕਹਿਣਾ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਜੇ ਅੰਗਰੇਜ਼ੀ ਸਕੂਲਾਂ 'ਚ ਪੜ੍ਹਾਉਣੇ ਆ, ਨਹੀਂ ਉੱਥੇ ਪੰਜਾਬੀ ਪੜ੍ਹਾਈ ਜਾਂਦੀ, ਘਰਾਂ 'ਚ ਕਾਇਦੇ ਲਿਆ ਕੇ ਪੰਜਾਬੀ ਪੜ੍ਹਾਓ, ਉਹਨਾਂ ਨੂੰ ਆਪਣੀ ਮਾਂ ਬੋਲੀ ਨਾਲ ਜੋੜੋ, ਆਪਣੇ ਇਤਿਹਾਸ ਨਾਲ ਜੋੜੋ। ਅਤੇ ਇੱਧਰਲੇ ਬੈਠੇ ਮੇਰੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਜੇ ਤੁਹਾਨੂੰ ਸਕੂਲਾਂ ਦੇ ਵਿੱਚ ਤੁਹਾਡੇ ਜਵਾਕਾਂ ਨੂੰ ਪਤਾ ਲੱਗਦਾ ਹੈ ਕਿ ਕੋਈ ਜੁਰਮਾਨਾ ਹੋ ਰਿਹਾ, ਕੋਈ ਪਾਬੰਦੀ ਲਾਈ ਜਾ ਰਹੀ ਹੈ, ਪੰਜਾਬੀ ਬੋਲਣ ਤੋਂ ਰੋਕਿਆ ਜਾ ਰਿਹਾ, ਸਹੀ ਪੰਜਾਬੀ ਉਹ ਪੜ੍ਹਨਾ ਮੈਂ ਦੇਖਦਾ ਹੁੰਦਾ ਕਿ 8ਵੀਂ 10ਵੀਂ ਵਾਲੇ ਜਵਾਕਾਂ ਨੂੰ ਵੀ ਇੱਥੇ ਕਈ ਵਾਰੀ ਲਿਖਾ ਕੇ ਦੇਖੀ ਦੀ ਆ ਨਾ, ਤਾਂ ਸਹੀ ਪੰਜਾਬੀ ਲਿਖਣੀ ਵੀ ਨਹੀਂ ਆਉਂਦੀ ਹੁੰਦੀ। ਕਿਉਂਕਿ ਅੰਗਰੇਜ਼ੀ ਸਕੂਲਾਂ ਦਾ ਹਾਲਾਤ ਇਹ ਨੇ ਕਿ ਉਨੀ ਕੁ ਪੰਜਾਬੀ ਪੜ੍ਹਾਉਂਦੇ ਜਿੰਨੇ ਕੁ ਪਾਸ ਹੋਣ ਜੋਗਰੀ। ਤਾਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਆਪਣੇ ਜਵਾਕਾਂ ਤੋਂ ਘਰ ਪੰਜਾਬੀ ਲਿਖਾ ਕੇ ਪੜ੍ਹਾ ਕੇ ਦੇਖਿਆ ਕਰੋ ਕਿ ਸਹੀ ਤਰੀਕੇ ਨਾਲ ਪੜ੍ਹ ਲੈਂਦੇ ਆ, ਲਿਖ ਲੈਂਦੇ ਆ, ਅਤੇ ਸਕੂਲਾਂ 'ਚ ਵੀ ਜਾ ਕੇ ਗੇੜਾ ਮਾਰ ਕੇ ਆਇਆ ਕਰੋ। ਮੈਂ ਇਹ ਨਹੀਂ ਕਹਿੰਦਾ ਵੀ ਅੰਗਰੇਜ਼ੀ ਨਾ ਸਿਖਾਓ, ਅੰਗਰੇਜ਼ੀ ਵੀ ਸਿਖਾਓ, ਹਿੰਦੀ, ਉਰਦੂ, ਅਰਬੀ, ਫਰੈਂਚ, ਫਾਰਸੀ, ਜੋ ਤੁਹਾਨੂੰ ਲੱਗਦਾ ਜਵਾਨ ਸਿੱਖਣੀ ਚਾਹੀਦੀ ਹੈ, ਸਾਰੀਆਂ ਜਵਾਨਾਂ ਦਾ ਸਤਿਕਾਰ ਕਰੋ, ਸਾਰੀਆਂ ਜਵਾਨਾਂ ਸਿੱਖੋ ਜਿਹੜੀ ਤੁਹਾਨੂੰ ਲੱਗਦਾ ਵੀ ਅਸੀਂ ਸਿੱਖਣੀ ਹੈ, ਪੜ੍ਹਨੀ ਹੈ, ਪਰ ਆਪਣੀ ਮਾਂ ਬੋਲੀ ਤਿਲਾਂਜਲੀ ਨਾ ਦਿਓ, ਆਪਣੀ ਮਾਂ ਬੋਲੀ ਦੀ ਕੁਰਬਾਨੀ ਨਾ ਦਿਓ। ਕਿਉਂਕਿ ਜਿਹੜੀਆਂ ਕੌਮਾਂ ਦੀਆਂ ਬੋਲੀਆਂ ਜਿਉਂਦੀਆਂ ਰਹਿੰਦੀਆਂ ਨੇ ਨਾ, ਕੌਮਾਂ ਦੀ ਪਹਿਚਾਣ ਉਹਨਾਂ ਦੀ ਕੋਈ ਜਿਉਂਦੀ ਰਹਿੰਦੀ ਹੈ ਦੁਨੀਆ 'ਤੇ। ਜਿਹੜੀਆਂ ਕੌਮਾਂ ਦੀਆਂ ਬੋਲੀਆਂ ਮਰ ਜਾਂਦੀਆਂ, ਉਹਨਾਂ ਕੌਮਾਂ ਦੀਆਂ ਹੋਂਦਾਂ ਖਤਮ ਹੋ ਜਾਂਦੀਆਂ ਨੇ, ਉਹਨਾਂ ਕੌਮਾਂ ਦੇ ਵਜੂਦ ਮਰ ਜਾਂਦੇ ਨੇ, ਉਹ ਕੌਮਾਂ ਲਾਵਾਰਸ ਹੋ ਜਾਂਦੀਆਂ ਨੇ ਦੁਨੀਆ 'ਤੇ। ਕਿਉਂਕਿ ਮਾਂ ਬਿਨਾਂ ਕਹਿੰਦੇ ਨਾ, ਮਾਂ ਬਿਨਾਂ ਬੰਦਾ ਮਾਂ ਬਾਹਰਾ ਹੋ ਜਾਂਦਾ। ਅਤੇ ਅਸੀਂ ਯਾਰ ਆਪਣੀ ਅੱਜ ਮਾਂ ਬੋਲੀ ਦਾ ਨਿਰਾਦਰ ਕਰਨ 'ਤੇ ਵੀ ਮੈਂ ਦੇਖਦਾ ਲੱਗੇ ਹੋਏ ਹਾਂ। ਕਈ ਤਾਂ ਮੈਂ ਦੇਖਦਾ ਕਿ ਪੰਜਾਬੀ ਬੋਲਣ ਤੋਂ ਸ਼ਰਮ ਮਹਿਸੂਸ ਕਰਦੇ ਹੁੰਦੇ, ਉਹਨਾਂ ਨੂੰ ਲੱਗਦਾ ਹੁੰਦਾ ਵੀ ਯਾਰ ਸ਼ਰਮ ਜੀ ਮੰਨਦੇ ਹੈ ਪੰਜਾਬੀ ਬੋਲਣ ਤੋਂ। ਇਸੇ ਕਰਕੇ ਨਹੋਰਾ ਮਾਰਿਆ ਫਿਰੋਜ਼ਦੀਨ ਸਰਫ ਨੇ, ਕਹਿੰਦਾ ਮੁੱਠਾ ਮੀਟ ਕੇ ਨੁੱਕਰੇ ਹਾਂ ਬੈਠੀ, ਮੁੱਠਾ ਮੀਟ ਕੇ ਨੁੱਕਰੇ ਹਾਂ ਬੈਠੀ, ਟੁੱਟੀ ਹੋਈ ਸਤਾਰ ਬਾਬੀਆਂ ਦੀ। ਪੁੱਛੀ ਸਰਫ ਨਾਲ ਜਿਨ੍ਹਾਂ ਨੇ ਬਾਤ ਮੇਰੀ ਵੀ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ। ਅਸੀਂ ਇਸ ਤਰ੍ਹਾਂ ਪਿੱਠ ਕਰਕੇ ਖੜ ਗਏ ਆਪਣੀ ਮਾਂ ਬੋਲੀ ਅੰਗੀ ਯਾਰ, ਜਿਹੜੀ ਜ਼ਬਾਨ ਨੇ ਸਾਨੂੰ ਦੁਨੀਆ ਦੇ ਉੱਤੇ ਐਡਾ ਨਾਂ ਦਿੱਤਾ, ਪਹਿਚਾਣ ਦਿੱਤੀ। 10ਵੇਂ ਨੰਬਰ 'ਤੇ ਆ ਪੰਜਾਬੀ, 7000 ਦੇ ਕਰੀਬ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ, ਬੋਲੀਆਂ ਬੋਲੀਆਂ ਜਾਂਦੀਆਂ ਨੇ ਪੂਰੀ ਦੁਨੀਆ 'ਚ। ਅਤੇ 10ਵੇਂ ਨੰਬਰ 'ਤੇ ਅਸੀਂ, 10ਵਾਂ ਸਥਾਨ ਆ ਸਾਡਾ, ਕਿੱਡਾ ਉੱਚਾ ਸਥਾਨ ਹੈ। ਸੋ ਇਸ ਕਰਕੇ ਮੇਰਾ ਵੀਰ ਤੁਹਾਨੂੰ ਵਾਰ ਵਾਰ ਇਹੀ ਮੈਂ ਪਹਿਲਾਂ ਹੀ ਬਹੁਤ ਵਾਰੀ ਕਹਿੰਦਾ ਹੁੰਦਾ ਕਿ ਕੋਈ ਟਿੱਪਣੀ ਕਰਨੀ ਹੈ, ਕੋਈ ਸੁਨੇਹਾ ਭੇਜਣਾ, ਕੋਈ ਤਖਤੀ ਲਾਉਣੀ ਹੈ ਨਾਂ ਦੀ, ਕੋਈ ਬੋਰਡ ਲਿਖਣਾ, ਕੋਈ ਆਪਣੇ ਨਾਂ ਲਿਖਣੇ ਆ ਸੋਸ਼ਲ ਮੀਡੀਆ ਦੇ ਉੱਤੇ, ਤਾਂ ਪੰਜਾਬੀ 'ਚ ਕਰਿਆ ਕਰੋ ਸਾਰਾ ਕੰਮ। ਕਰੋ ਦਸਖਤ ਕਰਨੇ ਆ ਪੰਜਾਬੀ 'ਚ ਕਰਿਆ ਕਰੋ, ਆਪਸ ਮੇਂ ਗੱਲਾਂ ਕਰਨੀਆਂ ਪੰਜਾਬੀ 'ਚ ਕਰਿਆ ਕਰੋ। ਬਹੁਤ ਸ਼ਬਦ ਨੇ ਸਾਡੇ ਜਿਹੜੇ ਅਲੋਪ ਹੋ ਰਹੇ ਨੇ ਪੰਜਾਬੀ ਜ਼ਬਾਨ ਦੇ, ਗਵਾਚ ਰਹੇ ਨੇ। ਕਈ ਵਾਰੀ ਆਮ ਜਵਾਕਾਂ ਕੋਲ ਬੋਲੀ ਦਾ ਨਾ, ਜਦੋਂ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਸ਼ਬਦ ਦੇ ਅਰਥ ਕੀ ਨੇ, ਕੀ ਮਤਲਬ ਹੈ ਇਹਨਾਂ ਦਾ, ਸੋ ਉਹ ਸ਼ਬਦਾਂ ਨੂੰ ਆਪਾਂ ਦੁਬਾਰੇ ਜਿਉਂਦੇ ਕਰਨਾ, ਜਿਹੜੇ ਗਮਾਚੇ ਨੇ, ਅਲੋਪ ਹੋਏ ਨੇ, ਉਹਨਾਂ ਨੂੰ ਦੁਬਾਰਾ ਯਾਦ ਕਰਨਾ। ਉਹਨਾਂ ਸ਼ਬਦਾਂ ਨੂੰ ਵੀ ਵੱਧ ਤੋਂ ਵੱਧ ਆਪਣੇ ਘਰਾਂ 'ਚ ਬੋਲਿਆ ਕਰੋ, ਆਪਣੇ ਜਵਾਕਾਂ ਨਾਲ ਉਹਨਾਂ ਸ਼ਬਦਾਂ 'ਚ ਗੱਲਾਂ ਕਰਿਆ ਕਰੋ, ਤਾਂ ਪਤਾ ਲੱਗੇ ਉਹਨਾਂ ਸ਼ਬਦਾਂ ਦੇ ਅਰਥ ਕੀ ਨੇ। ਸੋ ਆਓ ਮੇਰਾ ਵੀਰ, ਤੁਹਾਨੂੰ ਹੱਥ ਮੰਨ ਕੇ ਗੁਜ਼ਾਰਿਸ਼ ਕਰਦਾ। ਕਹਿੰਦੇ ਹੁੰਦੇ ਆ ਕਿ ਬੰਦਾ ਬੰਦੇ ਕੋਲ ਜ਼ਿਆਦਾ ਤਾਂ ਖੁਸ਼ ਜੇ ਨਾ, ਬੰਦੇ ਕੋਲ ਪੈਸਾ ਚੱਲਿਆ ਜਾਵੇ, ਬੰਦਾ ਮਿਹਨਤ ਮੁਸ਼ੱਕਤ ਕਰਕੇ ਬੰਦਾ ਪੈਰਾਂ 'ਤੇ ਖੜ੍ਹਾ ਹੋ ਸਕਦਾ, ਬੰਦਾ ਕਮਾਈ ਕਰਕੇ ਬੰਦਾ ਥਾਂ ਸਿਰ ਆ ਜਾਂਦਾ, ਪਰ ਜੇ ਜ਼ਬਾਨ ਚਲੀ ਗਈ ਨਾ, ਤਾਂ ਇੱਕ ਵਾਰੀ ਗਈ ਹੋਈ ਜ਼ਬਾਨ ਮੁੜ ਕੇ ਹਾਸਲ ਨਹੀਂ ਹੋਣੀ, ਇਹ ਯਾਦ ਰੱਖਿਓ, ਪਛਤਾਵਾਂਗੇ। ਜ਼ਬਾਨਾਂ ਪੈਦਾ ਹੁੰਦੀਆਂ, ਉਹਨੂੰ ਸਦੀਆਂ ਲੱਗਦੀਆਂ ਨੇ, ਸੈਂਕੜੇ ਸਾਲ ਲੱਗਦੇ ਨੇ, ਫਿਰ ਜ਼ਬਾਨਾਂ ਖੜ੍ਹੀਆਂ ਹੁੰਦੀਆਂ ਨੇ, ਫਿਰ ਵਿਰਾਸਤਾਂ ਖੜ੍ਹੀਆਂ ਹੁੰਦੀਆਂ ਨੇ। ਜੇ ਜ਼ਬਾਨ ਗਈ, ਸਾਡੇ ਵਿਰਸੇ, ਸਾਡੇ ਵਿਰਾਸਤ ਨੇ ਮਰ ਜਾਣਾ। ਕਿੰਨੀ ਮੈਂ ਕਹਿੰਦਾ ਅਮੀਰ ਜ਼ਬਾਨ ਆ ਸਾਡੀ, ਅਮੀਰ ਬੋਲੀ ਹੈ, ਮਾਖਿਓ ਮਿੱਠੀ ਜ਼ਬਾਨ ਹੈ, ਜਿਸ 'ਚ ਕਿੰਨਾ ਸਾਹਿਤ ਰਚਿਆ ਗਿਆ, ਲਿਖਿਆ ਗਿਆ, ਗ੍ਰੰਥ ਲਿਖੇ ਗਏ, ਐਡੀ ਮਹਾਨ ਬੋਲੀ ਹੈ ਸਾਡੀ। ਅਸੀਂ ਕਿਉਂ ਹੀਣਤਾ ਮਹਿਸੂਸ ਕਰਦੇ ਹਾਂ ਆਪਣੀ ਮਾਂ ਜ਼ਬਾਨ ਨੂੰ ਬੋਲਣ 'ਚ, ਪੜ੍ਹਨ 'ਚ, ਲਿਖਣ 'ਚ? ਸਵਾਓ ਮੇਰਾ ਵੀਰ, ਸਾਰਾ ਕੁਝ ਹਾਸਲ ਕਰ ਲਉਂਗੇ ਦੁਨੀਆ ਦਾ, ਐਸੋ ਆਰਾਮ, ਵੱਡੀਆਂ ਗੱਡੀਆਂ, ਸੋਹਣੇ ਲੀੜੇ ਕੱਪੜੇ, ਪਰ ਜ਼ਬਾਨ ਨਹੀਂ ਹਾਸਲ ਹੋਣੀ। ਇਹ ਗੱਲ ਧਿਆਨ 'ਚ ਰੱਖਿਓ ਮੇਰੀ। ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਆਪਣੀ ਮਾਂ ਬੋਲੀ ਨੂੰ ਪਿਆਰ ਕਰੋ, ਪੰਜਾਬੀ ਬੋਲੋ, ਪੰਜਾਬੀ ਲਿਖੋ, ਪੰਜਾਬੀ ਪੜ੍ਹੋ, ਅਤੇ ਪੰਜਾਬੀ ਹੋਣ 'ਤੇ ਮਾਣ ਕਰੋ। ਮਾਂ ਬੋਲੀ ਪੰਜਾਬੀ, ਜਿੰਦਾਬਾਦ। ਦੂਜੀ ਗੱਲ ਮੈਂ ਕਰਨੀ ਹੈ ਆਪਣੇ ਜਿਹੜਾ ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਹੋਈ ਗੱਲ। ਆਪਾਂ ਦੇਖਿਆ ਕਿ ਲਗਾਤਾਰ ਆਪਾਂ ਨੂੰ 7 ਮਹੀਨੇ ਹੋ ਗਏ ਆਪਾਂ ਸੰਘਰਸ਼ ਕਰ ਰਹੇ ਹਾਂ, ਅਖੀਰਲੇ ਪੜਾਅ ਦੇ ਉੱਤੇ ਸੰਘਰਸ਼ ਜਿਹੜਾ ਸਾਡਾ ਪਹੁੰਚਿਆ ਹੋਇਆ।
ਸਿਖਰਾਂ ਤੇ ਪਹੁੰਚਿਆ ਹੋਇਆ ਸੰਘਰਸ਼ ਹੈ। ਉਹਦੇ ਸੰਬੰਧ 'ਚ ਅਸੀਂ 23 ਤਰੀਕ ਨੂੰ ਜ਼ਿਲ੍ਹਾ ਬਠਿੰਡੇ ਦਾ ਪਿੰਡ ਹੈ ਮਹਿਰਾਜ, ਵੱਡਾ ਪਿੰਡ ਆ ਪੰਜਾਬ ਦਾ, ਛੇਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਵਸਾਇਆ ਹੋਇਆ ਨਗਰ ਆ, ਉੱਥੋਂ ਦੀ ਦਾਣਾ ਮੰਡੀ ਹੈ ਜਿਹੜੀ ਰਾਮਪੁਰੇ ਵਾਲੀ ਸੜਕ 'ਤੇ ਪੈ ਜਾਂਦੀ ਹੈ, ਉੱਥੇ ਅਸੀਂ ਵੱਡਾ ਇਕੱਠ ਰੱਖਿਆ 23 ਤਰੀਕ ਨੂੰ ਭਰਾਵੋ। ਅਤੇ ਮੈਂ ਪੰਜਾਬ ਦੇ, ਹਰਿਆਣੇ ਦੇ, ਰਾਜਸਥਾਨ ਦੇ ਕੋਨੇ ਕੋਨੇ 'ਚ ਵਸਦੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਆਓ, ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਤੁਸੀਂ ਸ਼ਮੂਲੀਅਤ ਕਰੋ। ਉੱਥੇ ਹਜ਼ਾਰਾਂ ਨਹੀਂ ਲੱਖਾਂ ਦਾ ਇਕੱਠ ਹੋਣਾ ਚਾਹੀਦਾ, ਹੜ ਆ ਜਾਣਾ ਚਾਹੀਦਾ ਉੱਥੇ ਲੋਕਾਂ ਦਾ, ਮਹਿਰਾਜ ਦੀ ਧਰਤੀ ਦੇ ਉੱਤੇ, ਤਾਂ ਕਿ ਦਿੱਲੀ ਸਰਕਾਰ ਨੂੰ ਪਤਾ ਲੱਗ ਸਕੇ ਕਿ ਜਿਹੜੇ ਤੁਸੀਂ ਕਹਿੰਦੇ ਹੋ ਕਿ ਜਿਹੜੇ ਨੌਜਵਾਨ ਨਿਰਾਸ਼ ਹੋ ਕੇ ਘਰਾਂ ਚਲੇ ਗਏ ਨੇ, ਹਤਾਸ਼ ਹੋ ਗਏ ਆ ਨੌਜਵਾਨ, ਤਾਂ ਟੁੱਟ ਗਿਆ ਨੌਜਵਾਨ, ਤਾਂ ਹੁਣ ਨਹੀਂ ਆਉਣਗੇ, ਪਤਾ ਲੱਗੇ ਕਿ ਇਹ ਨੌਜਵਾਨ ਤਿਆਰ ਨੇ, ਪੱਬਾਂ ਭਾਰ ਨੇ, ਮਰਦੇ ਦਮ ਤੱਕ ਆਪਣੇ ਹੱਕਾਂ ਲਈ ਲੜਨਗੇ, ਜੂਝਣਗੇ ਨੌਜਵਾਨ, ਇਹ ਸਰਕਾਰ ਤੱਕ ਸੁਨੇਹਾ ਸਾਡਾ ਜਾਣਾ ਚਾਹੀਦਾ। ਐਡਾ ਵੱਡਾ ਇਕੱਠ ਤੁਹਾਡਾ ਇੱਥੇ ਹੋਣਾ ਚਾਹੀਦਾ, ਉਹਦਾ ਮਕਸਦ ਆਪਣਾ ਇਹੀ ਹੈ। ਕਈ ਵਾਰੀ ਕਈ ਨੌਜਵਾਨ ਇਸ ਗੱਲ ਦਾ ਮੇਰੇ ਨਾਲ ਗਿਲਾ ਵੀ ਕਰਦੇ ਆ ਕਿ ਬਾਈ ਤੂੰ ਹਰ ਵਾਰੀ ਇਹ ਗੱਲ ਦੀ ਅਪੀਲ ਕਰਦਾ ਕਿ ਏਕਾ ਬਣਾ ਕੇ ਰੱਖੋ, ਕਿਸਾਨ ਅੰਦੋਲਨ ਦੇ ਨਾਲ ਜੁੜੋ, ਸੰਘਰਸ਼ ਦੇ ਨਾਲ ਜੁੜੋ, ਉਹ ਤਾਂ ਆਹ ਕਰ ਰਹੇ ਨੇ, ਉਹ ਤਾਂ ਉਹ ਕਰ ਰਹੇ ਨੇ। ਮੈਂ ਤੁਹਾਨੂੰ ਵਾਰ ਵਾਰ ਇਹੀ ਅਪੀਲ ਕਰਦਾ ਕਿ ਇੱਥੇ ਮੈਂ ਇਹਦੇ ਨਾਲ ਹਾਂ ਅਤੇ ਮੈਂ ਉਹਦੇ ਨਾਲ ਹਾਂ, ਇਹ ਗੱਲਾਂ ਨਹੀਂ ਹੁਣ ਸਾਨੂੰ ਸੋਭਦੀਆਂ, ਜਚਦੀਆਂ, ਕਿਉਂਕਿ ਇੱਥੇ ਨਾ ਲੱਖਾ ਸਿਧਾਣਾ ਅਹਿਮ ਹੈ, ਨਾ ਦੀਪ ਸਿੱਧੂ ਅਹਿਮ ਹੈ, ਨਾ ਕੋਈ ਕਿਸਾਨ ਆਗੂ ਅਹਿਮ ਹੈ, ਅਹਿਮ ਹੈ ਕਿਸਾਨ ਸੰਘਰਸ਼, ਅਹਿਮ ਹੈ ਪੰਜਾਬ, ਸਾਡੀਆਂ ਨਸਲਾਂ, ਸਾਡੀਆਂ ਫਸਲਾਂ, ਸਾਡੀਆਂ ਇਹ ਧਰਤੀ ਮਾਂ ਸਾਡੇ ਲਈ ਅਹਿਮ ਹੈ, ਸਾਡੇ ਹੱਕ ਸਾਡੇ ਲਈ ਅਹਿਮ ਆ। ਇਹ ਗੱਲ ਨੂੰ ਸਮਝੋ। ਹੁਣ ਜਿਹੜਾ ਮੈਂ ਦੇਖ ਰਿਹਾ ਪੋਸਟਾਂ ਪਾ ਰਹੇ ਨੇ, ਵੀਡੀਓ ਪਾ ਰਹੇ ਨੇ, ਅਸੀਂ ਉਹਦੇ ਨਾਲ, ਅਸੀਂ ਇਹਦੇ ਨਾਲ ਹੈ, ਠੀਕ ਹੈ, ਤੁਹਾਡਾ ਗਿਲਾ ਜਾਇਜ਼ ਹੈ। ਮੈਂ ਕਿਸਾਨ ਆਗੂਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਜਦੋਂ ਵੀ ਅਸੀਂ ਪਹਿਲ ਕੀਤੀ ਹੈ, ਹਮੇਸ਼ਾ ਮੈਂ ਏਕੇ ਦੀ ਪਹਿਲ ਕਰਦਾ ਰਿਹਾ, ਹਮੇਸ਼ਾ ਤੁਹਾਨੂੰ ਮੈਂ ਦੱਸਦਾ ਰਿਹਾ, ਤੁਹਾਡੇ ਨਾਲ ਇਹ ਗੱਲਾਂ ਕਰਦਾ ਰਿਹਾ, ਚਾਹੇ ਵੀਡੀਓ ਰਾਹੀਂ, ਚਾਹੇ ਮਿਲ ਕੇ, ਕਈ ਤੁਹਾਡੇ ਨਾਲ ਹੈ। ਤੁਹਾਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਤੁਹਾਨੂੰ ਵੀ ਇਹ ਜਿਗਰਾ ਰੱਖਣਾ ਚਾਹੀਦਾ, ਇਹ ਪਹਿਲਕਦਮੀ ਕਰਨੀ ਚਾਹੀਦੀ ਹੈ, ਇਹ ਫਰਾਖਦਿਲੀ ਚਾਹੀਦੀ ਹੈ ਤੁਹਾਡੇ 'ਚ ਕਿ ਹਾਂ ਯਾਰ, ਅਸੀਂ ਪੰਜਾਬ ਦੇ ਹਰ ਨੌਜਵਾਨ ਦੇ ਨਾਲ ਹੈ। ਉਹ ਕੋਈ ਵੀ ਹੋਵੇ, ਜਿਨ੍ਹਾਂ ਨੂੰ ਅੱਜ ਦਿੱਲੀ ਸਰਕਾਰ, ਕੇਂਦਰ ਦੀ ਅਤੇ ਦਿੱਲੀ ਪੁਲਿਸ ਚੱਕ ਚੱਕ ਕੇ ਜੇਲ੍ਹਾਂ ਸੁੱਟ ਰਹੀ ਹੈ, ਸ਼ੱਦਰ ਕਰ ਰਹੀ ਹੈ, ਰਿਮਾਂਡਾਂ 'ਤੇ ਰਿਮਾਂਡ ਦੇ ਰਹੀ ਹੈ, ਉਹਦੇ ਖਿਲਾਫ਼ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਹਾਨੂੰ ਵੀ ਆਵਾਜ਼ ਆਪਣੀ ਇੱਕ ਸਾਂਝੇ ਮੰਚ ਤੋਂ ਬੁਲੰਦ ਕਰਨੀ ਚਾਹੀਦੀ ਆ, ਤਾਂ ਕਿ ਪਤਾ ਲੱਗੇ ਸਰਕਾਰਾਂ ਨੂੰ ਕਿ ਨਹੀਂ ਇਹ ਇੱਕ ਨੇ। ਕਿਉਂ? ਕਿਉਂਕਿ ਨਹੀਂ ਤਾਂ ਸਰਕਾਰਾਂ ਇਹ ਦੇਖ ਰਹੀਆਂ ਨੇ ਵੀ ਆਪਸ ਮੇਂ ਇਹ ਜੁੰਡੋ ਜੁੰਡੀ ਹੋਈ ਜਾਂਦੇ ਆ, ਆਪਸ ਮੇਂ ਲੜ ਕੇ ਕਦੋਂ ਉੱਠ ਕੇ ਤੋਂ ਚਲੇ ਜਾਣਗੇ। ਸੋ ਇਹ ਸੁਨੇਹਾ ਅਸੀਂ ਕਿਸੇ ਪ੍ਰਕਾਰ ਦਾ ਇਹੋ ਜਿਹਾ ਸਾਡਾ ਸਰਕਾਰ ਕੋਲ ਨਹੀਂ ਜਾਣਾ ਚਾਹੀਦਾ ਜਿਹੜਾ ਜਾ ਚੁੱਕਿਆ। ਇਹਨੂੰ ਆਪਾਂ ਦੁਬਾਰੇ ਕਿਵੇਂ ਸੰਭਾਲਣਾ ਇਸ ਮੋਰਚੇ ਨੂੰ? ਪੰਜਾਬ ਦੇ ਕਿਸਾਨ ਆਗੂਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਸਾਡਾ ਜਿਹੜਾ ਜਿਹੜੀ ਸਾਰੀ ਜ਼ਿੰਮੇਵਾਰੀ, ਸਾਰਾ ਦਾਰੋਮਦਾਰ, ਸਾਰਾ ਮੋਰਚੇ ਦਾ ਹਿਸਾਬ ਕਿਤਾਬ ਤੁਹਾਡੇ ਮੋਢਿਆਂ ਦੇ, ਤੁਹਾਡੇ ਸਿਰ 'ਤੇ ਘੁੰਮਦਾ ਸੀ ਨਾ, ਉਹ ਕਿਸੇ ਹੋਰ ਮੋਢਿਆਂ 'ਤੇ ਚਲਿਆ ਗਿਆ। ਉਹ ਦੁਬਾਰਾ ਪੰਜਾਬ ਦੇ ਆਗੂਆਂ ਦੇ ਮੋਢਿਆਂ 'ਤੇ ਲਿਆਉਣ ਦੀ ਲੋੜ ਹੈ, ਅਤੇ ਉਹਦੇ ਲਈ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰੂੰਗਾ ਕਿ ਸਾਨੂੰ ਸਾਡੇ ਆਗੂਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਚਾਹੀਦਾ। ਮੈਂ ਫਿਰ ਬੇਨਤੀ ਕਰਦਾ, ਜੋ ਮਰਜ਼ੀ, ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਤੁਹਾਡੇ ਆਗੂ ਪਹਿਲਾਂ ਵੀ ਬੋਲਦੇ ਰਹੇ, ਕਿਸਾਨ ਆਗੂਆਂ ਨੂੰ ਕਹਿਣਾ ਚਾਹੁੰਦਾ, ਉਹਨਾਂ ਨੂੰ ਵੀ ਨੱਥ ਪਾਈ ਜਾਵੇ, ਇਹੋ ਜਿਹੀਆਂ ਗੱਲਾਂ ਤੋਂ ਗਾਹਾਂ ਤੋਂ ਗੁਰੇਜ਼ ਕੀਤਾ ਜਾਵੇ, ਇਹੋ ਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕੀਤਾ ਜਾਵੇ ਜਿਹੜੀ ਦੁਫਾੜ ਕਰਦੀ ਹੈ ਸਾਨੂੰ, ਜਿਹੜੀ ਪਾੜ ਪਾਉਂਦੀ ਹੈ ਸਾਡੇ 'ਚ। ਸੋ ਆਓ ਮੇਰਾ ਵੀਰ, 23 ਤਰੀਕ ਨੂੰ ਆਪਾਂ ਇਸ ਸੰਘਰਸ਼ ਦਾ ਸਾਥ ਦੇਣ ਦੇ ਲਈ, ਦਿੱਲੀ ਤੱਕ ਸੁਨੇਹਾ ਪਹੁੰਚਾਉਣ ਲਈ ਵੀ ਪੰਜਾਬ ਇੱਕਜੁੱਟ ਹੈ, ਪੰਜਾਬ ਇੱਕ ਮੁੱਠਾ, ਪੰਜਾਬ ਪਿੱਛੇ ਨਹੀਂ ਹਟੂਗਾ, ਜੋ ਮਰਜ਼ੀ ਹੋ ਜਾਵੇ। ਪੰਜਾਬ ਚੜ੍ਹਦੀ ਕਲਾ 'ਚ ਹੀ ਹੈ ਅਤੇ ਚੜ੍ਹਦੀ ਕਲਾ 'ਚ ਸੀ, ਚੜ੍ਹਦੀ ਕਲਾ 'ਚ ਰਹੂਗਾ। 23 ਤਰੀਕ ਨੂੰ ਤੁਹਾਡਾ ਐਡਾ ਵੱਡਾ ਇਕੱਠ ਇੱਥੇ ਹੋਣਾ ਚਾਹੀਦਾ ਕਿ ਦਿੱਲੀ ਬੈਠੀ ਸਰਕਾਰ ਨੂੰ ਪਤਾ ਲੱਗ ਜਾਵੇ ਵੀ ਲੱਖਾਂ ਦਾ ਇਕੱਠ ਜਿਹੜਾ ਅੱਜ ਪੰਜਾਬ ਦੀ ਧਰਤੀ, ਜ਼ਿਲ੍ਹੇ ਬਠਿੰਡੇ ਮਹਿਰਾਜ ਦੀ ਧਰਤੀ 'ਤੇ ਹੋਇਆ, ਇਹ ਇਕੱਠ ਦਿੱਲੀ ਵੀ ਪਹੁੰਚੂਗਾ ਆਪਣੇ ਹੱਕਾਂ ਲਈ, ਇਹਨਾਂ ਕਾਲੇ ਕਾਨੂੰਨ ਨੂੰ ਰੱਦ ਕਰਾਉਣ ਲਈ ਦਿੱਲੀ ਵੀ ਪਹੁੰਚੂਗਾ। ਸੋ ਇਸ ਕਰਕੇ ਮੈਂ ਮੇਰਾ ਵੀਰ ਅਪੀਲ ਕਰਦਾ ਕਿ ਨੇੜਲੇ ਪਿੰਡ ਵਾਲਿਆਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਵੱਧ ਤੋਂ ਵੱਧ ਤੁਸੀਂ ਆਪਣੀਆਂ ਟਰੈਕਟਰ ਟਰਾਲੀਆਂ ਲੈ ਕੇ ਆਇਓ, ਦੂਰ ਵਾਲਿਆਂ ਨੂੰ ਕਹਿਣਾ ਚਾਹੁੰਦਾ ਤੁਸੀਂ ਆਪਣੀਆਂ ਗੱਡੀਆਂ ਜਾਂ ਕੋਈ ਬੱਸਾਂ ਕਰਾ ਕੇ ਲਿਆਓ। ਉਸ ਦਿਨ ਘਰ ਘਰ ਦਾ ਇਨਸਾਨ, ਨੌਜਵਾਨ, ਸਾਡੇ ਬਜ਼ੁਰਗ, ਸਾਡੀਆਂ ਮਾਵਾਂ ਭੈਣਾਂ, ਹਰ ਇਨਸਾਨ ਇੱਥੇ ਪਹੁੰਚਣਾ ਚਾਹੀਦਾ, ਤਾਂ ਕਿ ਆਪਾਂ ਇੱਕ ਸੁਨੇਹਾ ਦੇ ਸਕੀਏ, ਆਪਣੀ ਆਵਾਜ਼ ਨੂੰ ਬੁਲੰਦ ਕਰ ਸਕੀਏ। ਜਿਹੜੇ ਝੂਠੇ ਮੁਕੱਦਮੇ ਆਉਂਦੇ ਵਿੱਚ ਸਾਡੇ ਕਿਸਾਨ, ਕਿਸਾਨਾਂ ਨੂੰ, ਸਾਡੇ ਨੌਜਵਾਨਾਂ ਨੂੰ ਫਸਾ ਕੇ ਸਰਕਾਰ ਤਸ਼ੱਦਰ ਕਰ ਰਹੀ ਹੈ, ਇੱਕ ਦਹਿਸ਼ਤ ਦਾ ਮਾਹੌਲ, ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਲੋਕਾਂ ਦੇ ਵਿੱਚ, ਇੱਕ ਨੌਜਵਾਨ ਡਰ ਪੈਦਾ ਕੀਤਾ ਜਾ ਰਿਹਾ ਇਹੋ ਜਿਹੇ ਮੁਕੱਦਮੇਬਾਜ਼ੀ ਕਰਕੇ, ਫੜੋ ਫੜੀ ਜਾ ਰਹੀ ਹੈ, ਛਾਪੇ ਵੱਜ ਰਹੇ ਨੇ। ਇਹਨੂੰ ਠੱਲ ਪਾਉਣ ਲਈ, ਇਹਨੂੰ ਨੱਥ ਪਾਉਣ ਦੇ ਲਈ, ਇਹਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਦੁਨੀਆ ਦੇ ਵਿੱਚ ਇਹ ਸਾਨੂੰ ਇਕੱਠ ਵੱਡਾ ਕਰਨਾ ਚਾਹੀਦਾ।
ਦੂਜੀ ਗੱਲ ਮੈਂ ਸਾਡੇ ਅੱਗੋਂ ਨੂੰ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਵੀ ਸਾਡੇ ਇਸ ਅੰਦੋਲਨ ਦੇ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਖੜਿਆ, ਸਾਡੇ ਹੱਕ ਦੇ ਵਿੱਚ ਹਰਾ ਨਾਰਾ ਮਾਰਿਆ, ਉਹ ਕੋਈ ਵੀ ਆ, ਉਹ ਦੁਕਾਨਦਾਰ ਆ, ਉਹ ਕਿਸਾਨ ਆ, ਉਹ ਮਜ਼ਦੂਰ ਹੈ, ਉਹ ਮੁਲਾਜ਼ਮ ਆ, ਕਿਸੇ ਵੀ ਸੂਬੇ ਦਾ, ਕੋਈ ਵਿਦਿਆਰਥੀ ਹੈ ਜਿਨ੍ਹਾਂ ਦੇ ਸਰਕਾਰਾਂ 'ਚ ਝੂਠੇ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਸੁੱਟਣ ਦੀ ਤਿਆਰੀ ਕਰ ਰਹੀ ਹੈ, ਤਾਂ ਉਹਨਾਂ ਦੇ ਖਿਲਾਫ਼ ਵੀ ਤੁਹਾਨੂੰ ਸਾਂਝੇ ਤੌਰ 'ਤੇ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੀ ਆਵਾਜ਼ ਬੁਲੰਦ ਕਰਨ ਦੀ ਲੋੜ ਆ। ਇਹੀ ਹੁੰਦਾ ਅਸਲ ਆਗੂ ਜਿਹੜਾ ਮੌਕੇ ਦੇ ਉੱਤੇ ਆਪਣੇ ਲੋਕਾਂ ਨੂੰ ਨਾਲ ਲੈ ਕੇ ਤੁਰੇ, ਇੱਕਾ ਬਣਾ ਕੇ ਚੱਲੇ, ਨਾਰਾਜ਼ਤਾ ਨਾ ਫੈਲਣ ਦੇਵੇ, ਇਹ ਹੁੰਦੀ ਹੈ ਸਹੀ ਲੀਡਰਸ਼ਿਪ। ਸੋ ਤੁਹਾਡੇ 'ਤੇ ਅਸੀਂ ਅੱਜ ਵੀ ਤੁਹਾਡੇ ਨਾਲ ਖੜ੍ਹੇ ਹਾਂ, ਖੜਾਂਗੇ ਮਰਦੇ ਦਮ ਤੱਕ ਖੜਾਂਗੇ, ਕੋਈ ਗੱਲ ਨਹੀਂ। ਬਹੁਤ ਕੁਛ ਝੱਲਣਾ ਪੈਂਦਾ, ਬੜਾ ਕੁਛ ਝੱਲਣਾ ਵੀ ਹਲੇ ਆਉਣ ਵਾਲੇ ਸਮੇਂ 'ਚ ਵੀ ਹੋਰ ਬੜਾ ਕੁਛ ਹੋਣਾ, ਬੜਾ ਇਹਨਾਂ ਨੇ ਜ਼ੁਲਮ ਸਰਕਾਰਾਂ ਨੇ ਢਾਉਣਾ ਸਾਡੇ ਲੋਕਾਂ ਦੇ ਉੱਤੇ, ਲੋਕਾਂ ਦੀ ਆਵਾਜ਼ ਨੂੰ ਦੱਬਣ ਦੇ ਲਈ। ਪਰ ਇਹ ਆਵਾਜ਼ ਹਮੇਸ਼ਾ ਬੁਲੰਦ ਰਹਿਣੀ ਚਾਹੀਦੀ ਹੈ, ਕਿਉਂਕਿ ਸਾਨੂੰ ਇਹ ਆਵਾਜ਼ਾਂ ਬੁਲੰਦ ਰੱਖਣ ਦੀ ਜਿਹੜੀ ਵਿਰਾਸਤ ਹੈ, ਵਿਰਸਾ ਜਿਹੜਾ ਸਾਨੂੰ, ਇਹ ਸਾਨੂੰ ਸਾਡੇ ਉਸ ਇਤਿਹਾਸ 'ਚੋਂ ਮਿਲਿਆ, ਉਸ ਵਿਰਾਸਤ 'ਚੋਂ ਮਿਲਿਆ ਕਿ ਜਦੋਂ ਹੀ ਕਿਤੇ ਜ਼ੁਲਮ ਹੋਇਆ ਤਾਂ ਸਾਡੇ ਕੌਮ ਦੇ ਵੱਡ ਵਡੇਰਿਆਂ ਨੇ, ਸਾਡੇ ਰਹਿਬਰਾਂ ਨੇ, ਸਾਡੇ ਯੋਧਿਆਂ, ਸਾਡੇ ਗੁਰੂਆਂ ਨੇ, ਸਾਡੇ ਪੀਰਾਂ ਨੇ ਹਮੇਸ਼ਾ ਆਵਾਜ਼ ਬੁਲੰਦ ਕੀਤੀ ਹੈ। ਅਤੇ ਅਸੀਂ ਵੀ ਅੱਜ ਆਵਾਜ਼ ਮਰਦੇ ਦਮ ਤੱਕ ਜ਼ੁਲਮ ਦੇ ਖਿਲਾਫ਼, ਇਨਸਾਨੀਅਤ ਲਈ, ਮਨੁੱਖਤਾ ਦੇ ਭਲੇ ਲਈ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਰਹਿਣਾ। ਸੋ ਆਓ 23 ਤਰੀਕ ਨੂੰ ਮੇਰਾ ਵੀਰ ਵੱਡੀ ਗਿਣਤੀ 'ਚ, ਹੁਣ ਮੈਂ ਦੇਖੂੰਗਾ, ਇਹ ਨਾ ਹੋਵੇ ਜਿਵੇਂ ਤੁਸੀਂ ਕਹਿੰਦਾ ਬਾਈ ਫੱਟੇ ਚੱਕ ਦਿਆਂਗੇ ਤੁਹਾਡੇ ਨਾਲ ਹਾਂ, ਉਹ ਹੁਣ ਫੇਸਬੁੱਕਾਂ ਦੇ ਨੇ ਆਪਾਂ ਫੱਟੇ ਚੱਕਣੇ, ਗਰਾਊਂਡ 'ਤੇ ਦੇਖਣਾ ਕਿ 23 ਤਰੀਕ ਨੂੰ ਕਿੱਡੀ ਵੱਡੀ ਜਿਹੜੀ ਸਾਡੀ ਗਿਣਤੀ ਹੈ, ਲੱਖਾਂ ਦੀ ਗਿਣਤੀ ਹੋਣੀ ਚਾਹੀਦੀ ਹੈ ਉਹਦੇ, ਕੋਈ ਵੀ ਇਨਸਾਨ, ਕੋਈ ਵੀ ਨੌਜਵਾਨ ਘਰੇ ਨਾ ਰਹਿ ਜੇ। ਆਓ ਮੇਰਾ ਵੀਰ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ 23 ਤਰੀਕ ਨੂੰ ਮਹਿਰਾਜ ਪਿੰਡ, ਜਿਹੜਾ ਜ਼ਿਲ੍ਹੇ ਬਠਿੰਡੇ ਦਾ ਪਿੰਡ ਹੈ, ਬਰਨਾਲੇ ਤੋਂ ਵੀ 30 ਕਿਲੋਮੀਟਰ ਦੂਰ ਹੈ, ਬਠਿੰਡੇ ਤੋਂ ਵੀ 30 ਕਿਲੋਮੀਟਰ ਦੂਰ ਹੈ, ਰਾਮਪੁਰਾ ਪੈਂਦਾ ਵਿਚਾਲੇ ਵੱਡੇ ਹਾਈਵੇ ਦੇ ਉੱਤੇ, ਜਿਹੜਾ ਜਾਂਦਾ ਬਠਿੰਡੇ ਤੋਂ ਆਪਣਾ ਜੀਰਕਪੁਰ ਪਟਿਆਲੇ ਵਾਲਾ ਹਾਈਵੇ, ਉਹਦੇ ਉੱਤੇ ਰਾਮਪੁਰਾ ਸ਼ਹਿਰ ਪੈ ਜਾਂਦਾ। ਉਸ ਸ਼ਹਿਰ ਤੋਂ 7 ਕਿਲੋਮੀਟਰ ਦੂਰ ਮਹਿਰਾਜ ਪਿੰਡ ਹੈ, ਉਹਦੀ ਦਾਣਾ ਮੰਡੀ ਹੈ ਉਸ ਸੜਕ ਦੇ ਉੱਤੇ, ਉੱਥੇ ਵੱਡਾ ਇਕੱਠ ਰੱਖਿਆ ਗਿਆ। ਆਓ ਮੇਰਾ ਵੀਰ ਆਪਾਂ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰੀਏ, ਤਾਂ ਕਿ ਪਤਾ ਲੱਗੇ ਕਿ ਅਸੀਂ ਸਾਡੇ ਕਿਸਾਨ ਅੰਦੋਲਨ ਦੇ ਨਾਲ, ਅਸੀਂ ਸਾਡੇ ਜਿਹੜੇ ਜ਼ੁਲਮ ਕੀਤਾ ਤੁਸੀਂ ਸਾਡੇ ਨੌਜਵਾਨਾਂ ਦੇ, ਸਾਡੇ ਕਿਸਾਨਾਂ ਦੇ, ਜਿਹੜਾ ਡੱਕੇ ਨੇ ਛਦਰ ਕਰ ਰਹੇ ਹੋ, ਰਿਮਾਂਡ 'ਤੇ ਰਿਮਾਂਡ ਦੇ ਰਹੇ ਹੋ, ਝੂਠੇ ਮੁਕੱਦਮੇ 'ਚ ਫਸਾ ਰਹੇ ਹੋ, ਛਾਪੇਮਾਰੀ ਕਰ ਰਹੇ ਹੋ, ਅਸੀਂ ਉਹਨਾਂ ਦੇ ਨਾਲ ਹੈ। ਪਤਾ ਲੱਗੇ ਸਰਕਾਰ ਨੂੰ, ਠੱਲ ਪਵੇ ਇਹਨਾਂ ਝੂਠੇ ਮੁਕੱਦਮਿਆਂ ਦੀ, ਉਹਦੇ ਲਈ ਸਾਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਮੈਂ ਸਮਝਦਾ ਜੇ ਤੁਸੀਂ ਆਪਣੇ ਪੰਜਾਬ ਨੂੰ ਪਿਆਰ ਕਰਦੇ ਹੋ, ਆਪਣੀ ਧਰਤੀ ਮਾਂ ਨੂੰ ਪਿਆਰ ਕਰਦੇ ਹੋ, ਆਪਣੇ ਹੱਕਾਂ ਲਈ ਤੁਸੀਂ ਤੁਹਾਡੇ 'ਚ ਤੁਹਾਡੀਆਂ ਜ਼ਮੀਰਾਂ ਜਾਗਦੀਆਂ ਨੇ, ਆਪਣੇ ਹੱਕਾਂ ਲਈ ਤੁਸੀਂ ਲੜਨਾ ਚਾਹੁੰਦੇ ਹੋ, ਤਾਂ ਤੁਸੀਂ ਜ਼ਰੂਰ ਉਹ ਹਰ ਇਨਸਾਨ ਜਾਗਦੀ ਜ਼ਮੀਰ ਵਾਲਾ, ਜਿਉਂਦੀ ਜ਼ਮੀਰ ਵਾਲਾ, ਉਹ ਅਣਖਾਂ ਵਾਲੇ ਲੋਕ 23 ਤਰੀਕ ਨੂੰ ਮਹਿਰਾਜ ਦੀ ਧਰਤੀ 'ਤੇ ਹੋਣਗੇ। ਚੜ੍ਹਦੀ ਕਲਾ ਸੀ, ਚੜ੍ਹਦੀ ਕਲਾ 'ਚ ਰਹਾਂਗੇ, ਕਿਉਂਕਿ ਅਸੀਂ ਉਸ ਵਾਹਿਗੁਰੂ, ਉਸ ਪਰਮਾਤਮਾ ਦਾ ਓਟ ਆਸਰਾ ਲੈ ਕੇ ਚੱਲੇ ਹੋਏ ਹਾਂ। ਉਹ 'ਤੇ ਸਾਨੂੰ ਭਰੋਸਾ ਹੈ ਕਿ ਅਸੀਂ ਆਪਣੀ ਸੱਚੀ ਨੇਕ ਨੀਤ ਨਾਲ ਲੜ ਰਹੇ ਹਾਂ, ਆਪਣੇ ਹੱਕਾਂ ਲਈ ਲੜ ਰਹੇ ਹਾਂ, ਅਤੇ ਇਸ ਕਰਕੇ ਅਸੀਂ ਕਦੇ ਵੀ ਨਹੀਂ ਹਾਰਾਂਗੇ, ਹਮੇਸ਼ਾ ਜਿੱਤ ਕੇ ਹੀ ਆਵਾਂਗੇ। ਸੋ ਆਓ ਚੜ੍ਹਦੀ ਕਲਾ 'ਚ ਹੀ ਰਹਿਣਾ, ਬੁਲੰਦ ਹੌਸਲੇ ਰੱਖਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਲੱਖਾਂ ਸਧਾਰਨਾਂ ਦਾ ਲਾਈਵ, ਹੁਣ ਤੱਕ ਲਈ ਇੰਨਾ ਹੀ। ਜਦ ਤੱਕ ਤੁਸੀਂ ਦੇਖਦੇ ਰਹੋ ਵਿਰਸਾ ਟੀਵੀ, ਅਤੇ ਜਿਹਨਾਂ ਸਰੋਤਿਆਂ ਨੇ ਹਜੇ ਤੱਕ ਵਿਰਸਾ ਟੀਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈਲ ਦਾ ਆਈਕੋਨ 'ਤੇ ਕਲਿੱਕ ਕਰਿਓ, ਤਾਂ ਜੋ ਇੰਡਸਟਰੀ ਦੀਆਂ ਤੇਜ਼ ਖਬਰਾਂ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕਣ।